ਸਤਨਾਮ ਸ਼੍ਰੀ ਵਾਹਿਗੁਰੂ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ ਜਿੰਨਾ ਰਾਹ ਉਤੋਂ ਜਿੰਨਾ ਰਾਹ ਉਤੋਂ ਸੰਗਤਾਂ ਪਿਆਰੀਆਂ ਜਿੰਨਾ ਰਾਹ ਉਤੋਂ ਸੰਗਤਾਂ ਪਿਆਰੀਆਂ ਸੰਗਤਾਂ ਪਿਆਰੀਆਂ ਜਿੰਨਾ ਰਾਹ ਉਤੋਂ ਸੰਗਤਾਂ ਸੰਗਤਾਂ ਪਿਆਰੀਆਂ
ਸੰਗਤਾਂ ਪਿਆਰੀਆਂ ਉਹਨਾਂ ਰਾਹਾਂ ਵਾਲੀ ਮੈਨੂੰ ਧੂੜ ਬਣਾ ਦਿਓ। ਪਰਮ ਸਤਿਕਾਰਯੋਗ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੱਜ ਮਿਲ ਕੇ ਬੈਠੀ ਸਾਧ ਸੰਗਤ ਜੀ, ਬਹੁਤ ਕਰਮਾਂ ਵਾਲੇ ਹਾਂ, ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਯਾਦ ਮਹਾਂਪੁਰਸ਼ਾਂ ਦੀ ਬਰਸ਼ੀ ਦੇ ਸੰਬੰਧ ਵਿੱਚ ਆਪ ਜੀ ਦੂਰੋਂ ਦੂਰੋਂ ਚੱਲ ਕੇ ਮਹਾਂਪੁਰਖਾਂ ਦੇ ਪਵਿੱਤਰ ਸਥਾਨ 'ਤੇ ਪਹੁੰਚੇ ਹੋ। ਦਾਸ ਤੋਂ ਪਹਿਲਾਂ ਧੂਲਕੋਟ ਵਾਲੇ ਬਾਬਾ ਜੀ, ਟੱਕੀ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਆਪਾਂ ਨੂੰ ਗੁਰੂ ਜੀ ਦੇ ਬਚਨ ਸਰਵਣ ਕਰਵਾ ਕੇ ਮਹਾਂਪੁਰਸ਼ਾਂ ਨੇ ਕਰਤਾਰਥ ਕੀਤਾ। ਆਓ, ਸਮਾਪਤੀ ਦਾ ਸਮਾਂ ਹੈ ਕਿਉਂਕਿ ਸਮਾਂ ਬਹੁਤ ਸੀਮਤ ਹੈ। ਕੱਲ੍ਹ ਨੂੰ ਵੀ ਸੰਗਤਾਂ ਨੇ ਪਹੁੰਚਣਾ ਹੈ ਔਰ ਪਰਸੋਂ ਨੂੰ ਭੋਗ 'ਤੇ ਵੀ ਪਹੁੰਚਣਾ। ਜਿਹੜੇ ਸ਼ਬਦ ਦੀ ਆਪਾਂ ਟੇਕ ਪੜ੍ਹੀ ਹੈ, ਸਤਿਗੁਰੂ ਬਾਣੀ 'ਚ ਕਹਿੰਦੇ ਨੇ, ਥੋੜ੍ਹਾ ਜਿਹਾ ਸਮਝ ਲਿਓ ਗੱਲ ਨੂੰ, ਮੈਂ ਸਮਾਪਤੀ ਕਰਾਂ। ਲੋਕ ਪੜ੍ਹਾਈਆਂ ਕਰਦੇ ਨੇ, ਗ੍ਰੰਥ ਪੜ੍ਹਦੇ ਨੇ, ਸਟੱਡੀ ਕਰਦੇ ਨੇ, ਸਿੱਖਣ ਵਾਸਤੇ ਦੂਰ ਦੂਰ ਜਾਂਦੇ ਨੇ, ਬੜੇ ਯਤਨ ਕਰਨੇ ਪੈਂਦੇ ਨੇ ਸਿੱਖਣ ਵਾਸਤੇ, ਬੜਾ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਗੁਰਮੁਖੋ, ਪਰ ਦੇਖੋ ਕਿੱਡੀ ਵੱਡੀ ਬਖਸ਼ਿਸ਼ ਹੈ, ਕਿੱਡੀ ਵੱਡੀ ਕਿਰਪਾ ਹੈ। ਜਿਹੜੇ ਲੋਕ ਦੂਰ ਦੂਰ ਸਿੱਖਣ ਜਾਂਦੇ ਨੇ, ਦੂਰ ਦੂਰ ਪੜ੍ਹਨ ਜਾਂਦੇ ਨੇ, ਦੂਰ ਦੂਰ ਸਟੱਡੀ ਕਰਨ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਾਣੀ 'ਚ ਮੰਨ ਲਿਆ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਚਨ ਹੈ, ਪਾਤਸ਼ਾਹ ਕਹਿੰਦੇ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਅੰਦਲੇ, ਅੰਦਲਾ ਕਿਹਨੂੰ ਕਹਿੰਦੇ ਜਿਹਦੇ ਅੱਖਾਂ ਨਾ ਹੋਣ, ਆਪਾਂ ਕਹਿੰਦੇ ਅੱਖਾਂ ਨਹੀਂ ਅੰਨਾ। ਸਾਹਿਬ ਕਹਿੰਦੇ ਜਿਹਦੇ ਕੋਲ ਅੱਖਾਂ ਨਹੀਂ ਨਾ, ਆਹ ਦੁਨਿਆਵੀ ਅੱਖਾਂ ਵੀ ਔਰ ਅੰਦਰਲੀਆਂ ਅੱਖਾਂ ਵੀ ਦੋਹੇ। ਸਾਹਿਬ ਕਹਿੰਦੇ ਅੰਦਲੇ ਤਿਰ ਭਵਨ ਸੂਝਿਆ, ਜਦੋਂ ਸੰਗਤ ਵਿੱਚ ਆਉਂਦੇ ਆ ਨਾ ਪਿਆਰਿਓ, ਆ ਜਿੱਥੇ ਤੁਸੀਂ ਬੈਠੇ ਹੋ ਮਹਾਂਪੁਰਸ਼ਾਂ ਦੇ ਦਰ 'ਤੇ, ਲੋਕ ਤਾਂ ਕਹਿੰਦੇ ਨੇ ਮਹਾਂਪੁਰਸ਼ਾਂ ਦੇ ਦਰ ਤੋਂ ਕੀ ਮਿਲਦਾ ਹੈ, ਉਹ ਭਾਈ ਮਹਾਂਪੁਰਸ਼ਾਂ ਦੇ ਦਰ ਦੀ ਤਾਂ ਧੂੜੀ ਚੁੱਕ ਕੇ ਅੱਖਾਂ ਨੂੰ ਲਾ ਲੇ ਕੋਈ। ਆ ਜਿੱਥੋਂ ਦੀ ਤੁਸੀਂ ਲੰਘ ਕੇ ਆਏ ਹੋ ਨਾ, ਭਾਈ ਨੰਦ ਲਾਲ ਜੀ ਕੋਈ ਮਾਮੂਲੀ ਇਨਸਾਨ ਨਹੀਂ ਸੀ, ਗੁਰੂ ਸਾਹਿਬ ਦੇ ਕਵੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਨੰਦ ਲਾਲ ਜੀ। ਮੈਂ ਟੇਕ ਜਿਹੜੀ ਪੜ੍ਹੀ ਹੈ ਉਹਨਾਂ ਦੀ ਪੜ੍ਹੀ ਹੈ, ਭਾਈ ਨੰਦ ਲਾਲ ਜੀ ਦੀ, ਜਿਨ੍ਹਾਂ ਰਾਹਾਂ ਉੱਤੋਂ ਆਉਣ ਸੰਗਤਾਂ ਪਿਆਰੀਆਂ ਉਹਨਾਂ ਰਾਹਾਂ ਵਾਲੀ ਮੈਨੂੰ ਧੂੜ ਬਣਾ ਦੇ। ਭਾਈ ਨੰਦ ਲਾਲ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਨੰਦ ਲਾਲ ਜੀ, ਜੇ ਰੱਬ ਦੇ ਦਰਸ਼ਨ ਕਰਨੇ ਹੋਣ, ਰੱਬ ਪ੍ਰਤੱਖ ਦੇਖਣਾ ਹੋਵੇ, ਸਾਹਮਣੇ ਖੜ੍ਹਾ ਰੱਬ ਦੇਖਣਾ ਹੋਵੇ, ਕਿਵੇਂ ਦਿਸੇਗਾ? ਭਾਈ ਨੰਦ ਲਾਲ ਜੀ ਨੇ ਫਿਰ ਆਪਣੇ ਬਚਨ ਲਿਖੇ ਸੰਗਤ ਨੂੰ ਸਮਝਾਉਣ ਲਈ। ਉਹ ਕਹਿੰਦੇ ਜੇ ਰੱਬ ਨੂੰ ਦੇਖਣਾ ਨਾ, ਲਓ ਤਰੀਕਾ ਦੱਸਿਆ ਪਿਆਰਿਓ, ਮੈਂ ਸਮਾਪਤੀ ਕਰਨੀ ਹੈ, ਬਸ ਇੱਕੋ ਹੀ ਬਚਨ ਕਰਨਾ। ਉਹ ਕਹਿੰਦੇ ਜੇ ਰੱਬ ਨੂੰ ਦੇਖਣਾ ਹੈ ਤੇ ਫਿਰ ਕੀ ਕਰਨਾ ਪੈਣਾ,
ਉਹ ਕਹਿੰਦੇ ਆ ਕਰਕੇ ਦੇਖ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੀ ਤੂੜੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੂੰ ਸੰਤਾਂ ਦੇ ਚਰਨਾਂ ਦੀ ਤੂੜੀ ਵਿੱਚ ਅੱਖੀਆਂ ਦੇ ਪਾਵੇ ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੂੰ ਤੈਨੂੰ ਲੋੜ ਦਰਸ਼ ਗੁਰਾਂ ਦਾ ਮਾਣੇ ਤੂੰ ਤੈਨੂੰ ਲੋੜ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੂੰ ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੂੰ ਲੋੜ ਮਮੀਰੇ ਦਰਸ਼ ਗੁਰਾਂ ਦਾ ਮਾਣੇ ਤੈਨੂੰ ਹੋਰ ਨਾ ਲੋੜ ਦਰਸ਼ ਗੁਰਾਂ ਦਾ ਮਾਣੇ ਤੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੂੰ ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਸੰਤਾਂ ਦੇ ਚਰਨਾਂ ਦੀ ਧੂੜੀ ਜੇਕਰ ਵਿੱਚ ਅੱਖੀਆਂ ਦੇ ਪਾਵੇਂ ਤੂੰ ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ ਦਰਸ਼ ਗੁਰਾਂ ਦਾ ਮਾਣੇ ਤੂੰ ਭਾਈ ਨੰਦ ਲਾਲ ਜੀ ਕਹਿੰਦੇ ਜੇ ਮਹਾਂਪੁਰਸ਼ਾਂ ਦੇ ਦਰ ਤੇ ਜਾਈਏ ਨਾ ਪਿਆਰਿਓ ਰਾਤੀ ਜਾਗਣ ਭਗਤ ਸਦਾਵਣ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ ਭਾਵੇਂ ਵੱਜਣ ਜੁੱਤੇ ਤੈਥੋਂ ਉੱਤੇ ਰੁੱਖੀ ਸੁੱਖੀ ਖਾ ਮਾਲਕ ਦੀ ਜਾ ਢੇਰਾਂ ਤੇ ਸੁੱਤੇ ਤੈਥੋਂ ਉੱਤੇ ਓਏ ਉੱਠ ਬੁੱਲਿਆ ਉੱਠ ਗੁਰੂ ਮਨਾ ਲੈ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੈਥੋਂ ਉੱਤੇ ਜਦੋਂ ਸਤਿਗੁਰਾਂ ਦੇ ਦਰ ਤੇ ਜਾਈਏ ਨਾ ਪਿਆਰਿਓ ਤੇ ਜਿਹੜੀ ਧੂੜੀ ਵਿੱਚ ਦੀ ਆਪਾਂ ਆਏ ਹਾਂ ਸਾਹਿਬ ਕਹਿੰਦੇ ਜੇ ਧੂੜੀ ਮੱਥੇ ਨੂੰ ਲੈ ਇਹ ਮੈਂ ਨਹੀਂ ਕਹਿ ਰਿਹਾ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਉਹ ਕਹਿੰਦੇ ਜਦੋਂ ਮਹਾਂਪੁਰਸ਼ਾਂ ਦੇ ਦਰ ਤੇ ਆਈਏ ਨਾ ਆ ਪੜ੍ਹ ਲਓ ਸਮਾਪਤੀਆਂ ਕਰੀਏ ਰੋਜ਼ ਪੜ੍ਹਦੇ ਹਾਂ ਭਾਈ ਧੂੜੀ ਚੁੱਕ ਕੇ ਮੱਥੇ ਨੂੰ ਲਾਵਾਂ ਰੱਬਾ ਤੇਰੇ ਪਿਆਰਿਆਂ ਚੁੱਕ ਕੇ ਮੱਥੇ ਨੂੰ ਲਾਵਾਂ ਰੱਬਾ ਤੇਰੇ ਪਿਆਰਿਆਂ ਧੂੜੀ ਚੁੱਕ ਕੇ ਮੱਥੇ ਨੂੰ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ ਧੂੜੀ ਚੁੱਕ ਕੇ ਮੱਥੇ ਨੂੰ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ ਧੂੜੀ ਚੁੱਕ ਕੇ ਪੈਣਾ ਰੱਬਾ ਤੇਰੇ ਪਿਆਰ
ਕਈ ਵਾਰੀ ਇੱਕ ਬੋਲ ਬੰਦੇ ਨੂੰ ਤਾਰ ਵੀ ਦਿੰਦਾ, ਕਈ ਵਾਰੀ ਇੱਕ ਬੋਲ ਬੰਦੇ ਨੂੰ ਡੋਬ ਵੀ ਦਿੰਦਾ। ਬੋਲ ਇੱਕੋ ਹੀ ਹੁੰਦਾ, ਇੱਕ ਬੋਲ ਜਹਾਨੋਂ ਤਾਰ ਦਿੰਦਾ, ਇੱਕ ਬੋਲ ਗੁਰਮੁਖੋਂ ਨਰਕਾਂ 'ਚ ਸਿੱਟ ਦਿੰਦਾ। ਹੈ ਤੇ ਜਵਾਨ ਹੀ ਹੈ ਨਾ, ਇੱਕ ਬੋਲ ਤਾਂ ਅਰਸ਼ਾਂ 'ਤੇ ਜਾੜ ਦਿੰਦਾ, ਇੱਕ ਬੋਲ ਫਰਸ਼ਾਂ 'ਤੇ ਸਿੱਟ ਦਿੰਦਾ। ਜਵਾਨ 'ਚ ਹੀ ਫਰਕ ਹੈ ਨਾ, ਬੋਲਣ 'ਚ ਹੀ ਫਰਕ ਹੈ ਨਾ। ਭਾਈ ਨੰਦ ਲਾਲ ਜੀ ਬੈਠੇ ਤੇ ਮਹਾਰਾਜ ਜੀ ਖੁਸ਼ ਹੋ ਗਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਮਹਾਰਾਜ ਕਹਿੰਦੇ, ਨੰਦ ਲਾਲ ਉੱਠ ਕੇ ਖੜਾ ਹੋ। ਭਾਈ ਖੜੇ ਹੋ ਗਏ, ਹੁਣ ਕਿਹੜਾ ਜਾਣੇ ਸਤਿਗੁਰ ਦੀਆਂ ਰਮਜਾਂ, ਵੀ ਸਤਿਗੁਰ ਕਿਹੜੀ ਰਮਜ 'ਚ ਹੈ, ਕੀ ਹੈ ਉਹਨਾਂ ਦੇ ਦਿਲ ਵਿੱਚ। ਮਹਾਰਾਜ ਕਹਿੰਦੇ, ਨੰਦ ਲਾਲਾ ਭਾਈ ਅਸੀਂ ਤੇਰੇ 'ਤੇ ਬਹੁਤ ਖੁਸ਼ ਹੋ ਗਏ ਹਾਂ, ਅਤੇ ਸਾਡਾ ਮਨ ਕਹਿੰਦਾ ਆ ਵੀ ਤੂੰ ਜੋ ਅੱਜ ਮੰਗੇ ਤੇਰੀ ਝੋਲੀ 'ਚ ਉਹ ਹੀ ਪਾ ਦੇਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਤੂੰ ਮੰਗ ਲੈ, ਇਹ ਤੇਰੇ 'ਤੇ ਡਿਪੈਂਡ ਕਰਦਾ ਵੀ ਤੂੰ ਕੀ ਮੰਗਣਾ, ਤੇਰੀ ਝੋਲੀ ਕਿੱਡੀ ਕਹਿ, ਤੂੰ ਕੀ ਮੰਗਣਾ ਚਾਹੁੰਦਾ। ਅੱਜ ਜੋ ਮੰਗਣਾ ਤੂੰ ਉਹੀ ਮੰਗ ਲੈ। ਅੱਜ ਗੁਰੂ ਤੇਰੇ 'ਤੇ ਖੁਸ਼ ਹੈ, ਗੁਰੂ ਤੁੱਠਾ ਹੈ, ਅਤੇ ਗੁਰੂ ਨੇ ਤੇਰੀ ਝੋਲੀ ਭਰ ਦੇਣੀ। ਆਹ ਦੇਖੋ ਗੁਰਮੁਖੋ, ਜਿਨ੍ਹਾਂ ਨੇ ਗੁਰੂ ਦੇਖਿਆ ਤਾਂ ਹੀ ਉਹ ਕਿਹਾ ਨਾ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪੇਰੀ। ਉਹ ਅੱਖੀਆਂ ਕਾਹਦੀਆਂ ਅੱਖੀਆਂ ਨੇ ਜਿਹੜੀਆਂ ਨਾਲ ਹਜ਼ੂਰ ਦੇ ਜੁੜਦੀਆਂ ਨੀ। ਇੱਕ ਵਾਰ ਅਗਰ ਜੁੜ ਜਾਣ ਅੱਖਾਂ, ਫਿਰ ਲੱਖ ਮੁੜੋ ਇਹ ਮੁੜਦੀਆਂ ਨੀ। ਜਿਨ੍ਹਾਂ ਨਾਲ ਗੁਰੂ ਦੇ ਪ੍ਰੇਮ ਪਾਇਆ ਉਹ ਤਾਂ ਕਿਸੇ ਵੀ ਗੱਲ ਤੋਂ ਥੁੜਦੀਆਂ। ਅੱਜ ਜਿਨ੍ਹਾਂ ਦੀਆਂ ਅੱਖਾਂ ਲੱਗੀਆਂ, ਭਾਈ ਭਾਈ ਨੰਦ ਲਾਲ ਜੀ ਉੱਠ ਕੇ ਖੜੇ ਹੋ ਗਏ, ਅੱਖਾਂ ਚੋਂ ਹੰਝੂ ਡਿੱਗਦੇ ਨੇ। ਦਾਤਾ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, 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 ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਦੀਆਂ
ਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਤਾਰ ਨਾਲ ਲੱਗ ਗਈਆਂ ਜੀਦੀਆਂ ਤਾਰ ਨਾਲ ਅੱਖੀਆਂ 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 ਲੱਗ ਗਈਆਂ ਜੀਦੀਆਂ ਤਾਰ ਨਾਲ ਲੱਗ ਗਈਆਂ ਜੀਦੀਆਂ ਦਤਾਰ ਨਾਲ ਅੱਖੀਆਂ ਉਹ ਕਦੋਂ ਮੇਲਦਾ ਸੰਸਾਰ ਨਾਲ ਅੱਖੀਆਂ। ਭਾਈ ਨੰਦ ਲਾਲ ਜੀ ਕਹਿਣ ਲੱਗੇ ਦਾਤਾ ਅੱਜ ਮੈਂ ਇੱਕੋ ਹੀ ਮੰਗ ਮੰਗਣੀ ਹੈ ਹੱਥ ਜੋੜ। ਮਹਾਰਾਜ ਕਹਿੰਦੇ ਮੰਗ ਆ ਦੇਖੋ ਪਿਆਰਿਓ ਕੀ ਮੰਗਿਆ। ਕਹਿੰਦੇ ਸੱਚੇ ਪਾਤਸ਼ਾਹ ਇੱਕ ਦਿਨ ਦੁਨੀਆਂ ਤੋਂ ਸਭ ਨੇ ਜਾਣਾ ਤੇ ਮੈਂ ਵੀ ਜਾਣਾ, ਰਹਿਣਾ ਨਹੀਂ ਕਿਸੇ ਨੇ। ਇੱਕ ਦਿਨ ਦੁਨੀਆਂ ਤੋਂ ਚਲੇ ਜਾਣਾ, ਬੂਹਾ ਭੇੜ ਕੇ ਉੱਠ ਜਾਣਾ। ਮਹਾਰਾਜ ਕਹਿੰਦੇ ਨੰਦ ਲਾਲਾ ਮੰਗਣਾ ਕੀ ਹੈ? ਕਹਿੰਦਾ ਮਹਾਰਾਜ ਜਿਸ ਦਿਨ ਮੈਂ ਦੁਨੀਆਂ ਤੋਂ ਜਾਵਾਂ ਮੇਰੇ ਸਰੀਰ ਦਾ ਕਰਕੇ ਆਉਣਗੇ ਸੰਸਕਾਰ। ਕਰਦੇ ਹੀ ਨੇ ਸੰਸਕਾਰ, ਲਜਾਂਦੇ ਨੇ। ਤੇ ਮਹਾਰਾਜ ਹੱਥ ਜੋੜ ਕੇ ਬੇਨਤੀ ਹੈ, ਜਦੋਂ ਮੇਰੇ ਸਰੀਰ ਦਾ ਸੰਸਕਾਰ ਹੋ ਜੇ, ਸਰੀਰ ਸੜ ਜੇ ਤੇ ਸੜ ਕੇ ਇਸ ਸਰੀਰ ਦੀ ਖਾਕ ਬਣ ਜੇ। ਆਪਾਂ ਗੱਲ ਧੂੜੀ ਦੀ ਕੀਤੀ ਸੀ ਪਿਆਰੇ। ਕਹਿੰਦੇ ਸਰੀਰ ਖਾਕ ਹੋ ਜੇ ਤੇ ਦਾਤਾ ਇੱਕ ਕਿਰਪਾ ਕਰਿਓ, ਜਦੋਂ ਮੇਰਾ ਸਰੀਰ ਖਾਕ ਬਣਿਆ ਪਿਆ ਹੋਵੇ ਨਾ ਤੇ ਬਾਜਾਂ ਵਾਲਿਆ, ਉਸ ਵੇਲੇ ਹਵਾ ਸਿੱਧੀ ਤੇਰੇ ਘਰ ਵੱਲ ਨੂੰ ਵਗਦੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਨੰਦ ਲਾਲਾ ਇਹਦੇ 'ਚ ਕੀ ਰਾਜ ਆ? ਕਹਿੰਦੇ ਸੱਚੇ ਪਾਤਸ਼ਾਹ ਜਦੋਂ ਦਾ ਤੁਹਾਨੂੰ ਦੇਖਿਆ ਨਾ, ਕਿਤੇ ਹੋਰ ਜਾਣ ਦਾ ਫੁਰਨਾ ਹੀ ਨਹੀਂ ਹੋਇਆ ਮਨ 'ਚ। ਮਹਾਰਾਜ ਜਿਸ ਦਿਨ ਦਾ ਤੁਹਾਨੂੰ ਮੱਥਾ ਟੇਕਿਆ, ਕਿਸੇ ਅੱਗੇ ਸੀਸ ਨਹੀਂ ਝੁਕਾਇਆ, ਉਹ ਬਾਜਾਂ ਵਾਲਿਆ ਮੇਰੇ ਮਰੇ ਹੋਏ ਦੀ ਸਵਾਹ ਵੀ ਉੱਡ ਕੇ ਕਿਸੇ ਹੋਰ ਦਰ 'ਤੇ ਨਾ ਚਲੀ ਜਾਏ। ਮਤਾ ਕੋਈ ਆਖੇ ਗੁਰੂ ਦਾ ਨੰਦ ਲਾਲ ਦਰ ਦਰ 'ਤੇ ਤੁਰਿਆ ਫਿਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਇਹ ਨਾ ਕਹਿ ਦੇਵੇ ਬਈ ਗੁਰੂ ਦਾ ਨੰਦ ਲਾਲ ਆਪਦੀ ਮਿੱਟੀ ਦਰ ਦਰ 'ਤੇ ਤੁਰੀ ਫਿਰਦੀ। ਬਾਜਾਂ ਵਾਲਿਆ ਇੱਕੋ ਹੀ ਅਰਦਾਸ ਰਹਿੰਦੀ ਹੈ, ਆਓ ਆਖਰੀ ਪੰਗਤੀ ਪੜ੍ਹੀਏ। ਕੱਲ੍ਹ ਨੂੰ ਸਮੇਂ ਸਿਰ ਪਹੁੰਚੋ, ਬਹੁਤ ਧੰਤਾ ਦੇ ਯੋਗ ਹੋ ਭਾਈ, ਮਹਾਂਪੁਰਸ਼ਾਂ ਦੀ ਯਾਦ ਵਿੱਚ ਪਹੁੰਚੇ ਹੋ। ਬਾਬਾ ਨਰੈਣ ਸਿੰਘ ਜੀ ਮਹਾਂਪੁਰਸ਼ਾਂ ਦੀ ਵਰਸ਼ੀ, ਔਰ ਸਤਿਕਾਰਯੋਗ ਸੰਤ ਬਾਬਾ ਪਾਲਾ ਸਿੰਘ ਜੀ ਮਹਾਰਾਜ ਖੰਡਿਆਲ ਵਾਲੇ, ਜਿਨ੍ਹਾਂ ਦਾ ਬਖਸ਼ਿਆ ਭਾਈ ਅਸਥਾਨ ਹੈ, ਚਰਨ ਪਵਿੱਤਰ ਪਾਏ ਹੈ ਮੁਬਾਰਕ, ਔਰ ਉਹਨਾਂ ਦੀ ਅਸੀਸ ਹੈ ਅੱਜ ਆਪਾਂ ਇੰਨੀਆਂ ਸੰਗਤਾਂ। ਮੈਂ ਦਿਨੇ ਬੇਨਤੀ ਕਰਦਾ ਸੀ ਬਈ ਮਹਾਂਪੁਰਸ਼ਾਂ ਦੀ ਯਾਦ ਵਿੱਚ 104 ਖੰਡ ਪਾਠ ਕਰਾਏ ਸੰਗਤਾਂ ਨੇ, 104। ਦੇਖੋ ਇਹ ਸੰਗਤਾਂ ਦਾ ਪ੍ਰੇਮ ਹੈ ਭਾਈ ਮਹਾਂਪੁਰਸ਼ਾਂ ਦੀ ਯਾਦ ਵਿੱਚ। ਅਤੇ ਦਿਨ ਰਾਤ ਸੰਗਤ ਆ, ਕਈ ਤਾਂ ਵਿਚਾਰੇ ਸੁਬਾਹ ਆ ਜਾਂਦੇ ਆ, ਸ਼ਾਮ ਤੱਕ ਆਹ ਟਾਈਮ ਆ ਗਿਆ, ਦੇਖੋ ਹੁਣ ਜਾਣਾ ਘਰੇ। ਕਿੰਨਾ ਪ੍ਰੇਮ ਹੈ ਮਹਾਂਪੁਰਸ਼ਾਂ ਪ੍ਰਤੀ। ਅਤੇ ਮੈਂ ਅੱਜ ਉੱਥੇ ਬੈਠਾ, ਕੁਦਰਤੀ ਬਚਨ ਚੱਲ ਪਏ,
ਮੈਂ ਕਿਹਾ ਵੀ ਇਹ ਸਥਾਨ ਤੇ ਮੈਂ ਇੱਕ ਚੀਜ਼ ਦੇਖੀ ਹੈ ਜਦੋਂ ਤੋਂ ਇੱਥੇ ਬੈਠੇ ਹਾਂ, ਜਿਹਨੇ ਜਿਹੋ ਜਿਹੀ ਭਾਵਨਾ ਕਰਕੇ ਸੇਵਾ ਕਰ ਲਈ ਉਹਨੂੰ ਉਹੋ ਜਿਹਾ ਹੀ ਫਲ ਮਿਲ ਜਾਂਦਾ ਪਿਆਰੇ। ਜਿਹਨੇ ਜਿੱਦਾਂ ਦਾ ਮਨ ਬਣਾ ਕੇ ਸੇਵਾ ਕਰ ਲਈ ਨਾ, ਇੱਥੇ ਮੇਰੇ ਲਿਸਟ ਦੇ ਵਿੱਚ ਲਿਖੇ ਹੋਏ ਆ ਜਿਹੜੇ ਸੱਚੇ ਮਨ ਨਾਲ ਸੇਵਾ ਕਰਕੇ, ਅੱਜ ਉਹਨਾਂ ਨੂੰ ਪੁੱਛ ਲਿਓ ਵੀ ਤੁਸੀਂ ਕਿੱਥੇ ਸੇਵਾ ਕੀਤੀ ਸੀ, ਆ ਤੁਹਾਨੂੰ ਭਾਗ ਕਿਵੇਂ ਲੱਗ ਗਏ। ਉਹ ਆਪ ਕਹਿਣਗੇ ਵੀ ਅਸੀਂ ਮਹਾਂਪੁਰਸ਼ਾਂ ਦੇ ਸਥਾਨ 'ਤੇ ਮਨ ਨਾਲ ਸੇਵਾ ਕੀਤੀ ਸੀ। ਭਾਈ ਇਹ ਸਤਿਗੁਰ ਦੀ ਨਿਗਾਹ ਹੈ। ਇਹ ਅਰਦਾਸ ਕਰੀਏ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ, ਆ ਗੁਰਮੁਖ ਪਿਆਰੇ ਈਸ਼ਰ ਟੀਵੀ ਬਹੁਤ ਆਪਣੇ ਪਹਿਲੀ ਵਾਰੀ ਪਿੰਡ 'ਚ ਆਏ ਆ, ਲਾਈਵ ਹੋ ਰਿਹਾ, ਦੇਸ਼ਾਂ ਵਿਦੇਸ਼ਾਂ ਵਿੱਚ ਲਾਈਵ ਜਾ ਰਿਹਾ, ਕੱਲ੍ਹ ਨੂੰ ਵੀ ਹੋਣਾ, ਪਰਸੋਂ ਨੂੰ ਵੀ ਹੋਣਾ। ਆਪਾਂ ਸਾਰੇ ਜੁੜੀਏ, ਕਈ ਬਾਹਰ ਬੈਠੇ ਹੁਣ ਜੁੜੇ ਬੈਠੇ ਨੇ, ਦੇਖੋ ਬੈਠੇ ਕਨੇਡਾ 'ਚ ਹੋਣਗੇ, ਜੁੜੇ ਇੱਥੇ ਅੰਗੀਠਾ ਸਾਹਿਬ 'ਚ ਬੈਠੇ ਹੋਣਗੇ, ਬੈਠੇ ਇੰਗਲੈਂਡ 'ਚ ਹੋਣਗੇ, ਜੁੜੇ ਇੱਥੇ ਬੈਠੇ ਹੋਣਗੇ, ਬੈਠੇ ਅਮੈਰੀਕਾ 'ਚ ਹੋਣਗੇ, ਜੁੜੇ ਇੱਥੇ ਬੈਠੇ ਹੋਣਗੇ। ਇਹ ਦਰਸ਼ਨ ਹੋ ਰਹੇ ਨੇ ਭਾਈ, ਅਤੇ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਕਿਰਪਾ ਕਰਿਓ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰ। ਗੱਜ ਕੇ ਪੜੋ ਭੈਣਾਂ, ਤੀਜੇ ਹਿੱਸੇ ਸਮਾਪਤੀ ਕਰੀਏ। ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਦੇ ਨਾਲ, ਲਾਈ ਰੱਖੇ ਓ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਲਾਈ ਰੱਖਿਓ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਲਾਈ ਰੱਖਿਓ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਲਾਈ ਰੱਖਿਓ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਲਾਈ ਰੱਖਿਓ ਮੇਰੇ ਸਹਿਬਾ 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 ਪੱਲੇ ਨਾਲ, ਲਾਈ ਰੱਖਿਓ ਪੱਲੇ ਨਾਲ, ਲਾਈ ਰੱਖਿਓ ਮੇਰੇ ਸਹਿਬਾ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਲਾਈ ਰੱਖਿਓ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਲਾਈ ਰੱਖਿਓ ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ, ਵਾਹਿਗੁਰੂ ਨਾਮ ਜਹਾਜ ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰ। ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰੀਏ। ਆਓ ਆਨੰਦ ਸਾਹਿਬ ਦਾ ਪਾਠ ਰਸਨਾ ਕਰੋ ਪਵਿੱਤਰ, ਫਿਰ ਅਰਦਾਸ ਬੇਨਤੀ ਹੋਵੇਗੀ। ਦੇਗ ਵਰਤਾਉਣ ਵਾਲੇ ਸਿੰਘਾਂ ਨੂੰ ਬੇਨਤੀ ਹੈ ਵੀ ਤਿੰਨ ਤਿੰਨ ਸਿੰਘ ਲੱਗ ਜਾਓ, ਦੋਹੀਂ ਪਾਸੀ ਜਦੋਂ ਅਰਦਾਸ ਹੁਕਮਨਾਮਾ ਹੋ ਜਾਊਗਾ, ਤਿੰਨ ਜਣੇ ਬੀਬੀਆਂ ਵੱਲ ਲੱਗ ਜਾਓ, ਤਿੰਨ ਭਾਈਆਂ ਵਾਲੇ ਪਾਸੇ, ਅਤੇ ਗੁਰੂ ਸਾਹਿਬ ਜੀ ਦੇ ਸੁਖਾਸਨ ਸੇਵਾ ਹੋਵੇਗੀ। ਆਪਾਂ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕੱਲ੍ਹ ਨੂੰ ਸਮੇਂ ਸਿਰ ਪਹੁੰਚੀਏ। ਸੰਤ ਬਾਬਾ ਰਜਨੀਤ ਸਿੰਘ ਜੀ ਨੱਥੂ ਮਾਜਰੇ ਵਾਲੇ ਮਹਾਂਪੁਰਸ਼ ਪਹਿਲਾਂ ਆਉਣਗੇ, ਫਿਰ ਅੱਗੇ ਜਿੱਦਾਂ ਸਮਾਂ ਹੋਵੇਗਾ। ਪਿਆਰ ਨਾਲ ਸਾਰੇ ਸਰਵਣ ਕਰੀਏ। ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਵਾਏ ਸਤਿਗੁਰ।
वाहेगुरु जी का खालसा वाहेगुरु जी की फतेह फतेह।